ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਸਮੇਤ ਕੈਬਨਿਟ ਮਿਨਿਸਟਰ ਵੀ ਕਟਕੜ ਕਲਾਂ ਦੇ ਵਿੱਚ ਉਪਵਾਸ ਬੈਠੇ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਵੀ ਜ਼ਰੂਰ ਵੇਖਣ ਨੂੰ ਮਿਲ ਰਿਹਾ। ਚੰਡੀਗੜ੍ਹ ਦੇ ਸੈਕਟਰ 17 ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਦੇ ਕਾਉਂਸਲਰ, ਚੰਡੀਗੜ੍ਹ ਦੇ ਮੇਅਰ, ਚੰਡੀਗੜ੍ਹ ਦੇ ਸ਼ਹਿਰ ਪ੍ਰਭਾਰੀ, ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ HS ਲੱਕੀ ਵੀ ਇੱਥੇ ਮੌਜੂਦ ਨੇ ਅਤੇ ਜਿਨ੍ਹਾਂ ਦੇ ਉਹਨਾਂ ਨੇ ਵਾਲੰਟੀਅਰਸ ਨੇ ਕਾਉਂਸਲਰਸ ਨੇ ਉਹ ਵੀ ਇੱਥੇ ਬੈਠੇ ਨੇ। ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਸਮੂਹਿਕ ਉਪਵਾਸ ਤੇ ਬੈਠੇ ਨੇ। ਹਾਲਾਂਕਿ ਜਿਸ ਤਰ੍ਹਾਂ ਦੀ ਗ੍ਰਿਫਤਾਰੀ ਹੋਈ ਹੈ, ਜਿਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਅਤੇ ਹੱਥਾਂ 'ਚ ਬੈਨਰਸ ਲੈ ਕੇ ਜੇਲ੍ਹ ਕਾ ਜਵਾਬ ਵੋਟ ਸੇ, ਇਸ ਤਰ੍ਹਾਂ ਦੇ ਬੈਨਰਸ ਲੈ ਕੇ ਜਿਹੜੇ ਇੱਥੇ ਵਾਲੰਟੀਅਰਸ ਨੇ, ਪਾਰਸ਼ਦ, ਕਾਉਂਸਲਰਸ ਨੇ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਉਹ ਇੱਥੇ ਮੌਜੂਦ ਨੇ। ਗੱਲ ਵੀ ਕਰਾਂਗੇ ਸਾਹਿਬ ਪ੍ਰਭਾਰੀ ਸੰਨੀ ਅਹਲੂਵਾਲੀਆ, HS ਲੱਕੀ ਅਤੇ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਵੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਜਿਹੜੇ ਸਾਹਿਬ ਪ੍ਰਭਾਰੀ ਨੇ, ਸਨੀ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਬੈਠੇ ਹੋਏ ਨੇ, ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਪਿਛਲੇ ਦਿਨਾਂ ਵੀ ਕਾਫੀ ਜਿਹੜਾ ਹੈਗਾ ਪ੍ਰੋਟੈਸਟ ਦੇਖਣ ਨੂੰ ਮਿਲੇ? ਦੇਖੋ, ਇਹ ਬਹੁਤ ਵੱਡੀ ਲੜਾਈ ਹੈ, ਇਸ 'ਚ ਹਰ ਇੱਕ ਚੀਜ਼ ਹੋਊਗੀ। ਉਪਵਾਸ ਰੱਖੇ ਜਾਣਗੇ। ਅਰਵਿੰਦ ਕੇਜਰੀਵਾਲ ਜੀ ਨਕਲੀ ਕੇਸ ਦੇ ਅੰਦਰ ਗਏ ਹੋਏ ਨੇ। ਪਾਇਆ ਕਿਉਂ ਹੈ? ਤਾਨਾਸ਼ਾਹ ਨੂੰ ਕੀ ਡਰ ਹੈ? ਉਹਨੂੰ ਪਤਾ ਹੈ ਕਿ ਬੜਾ ਸਟ੍ਰੈਟਜਿਸਟ ਨੇ, ਦੋ ਸਟੇਟਾਂ ਸਰਕਾਰ ਚਲਾ ਰਹੇ ਨੇ, ਹੁਣ ਇੰਡੀਆ ਗੱਠਜੋੜ ਦੇ ਅੰਦਰ ਇੱਕ ਬਹੁਤ ਵੱਡਾ ਅਹਿਮ ਭੂਮਿਕਾ ਨਿਭਾ ਰਹੇ ਨੇ। ਜਿਸ ਹਿਸਾਬ ਨਾਲ ਚੰਡੀਗੜ੍ਹ ਦੇ ਅੰਦਰ ਤੁਸੀਂ ਦੇਖਿਆ ਮੇਅਰ ਇਲੈਕਸ਼ਨਾਂ ਦੇ ਅੰਦਰ ਸਾਰੀ ਰਣਨੀਤੀ ਕਿਆ ਕੀਤੀ ਗਈ, ਉਹ ਤਹਿਤ ਉਹਨੂੰ ਲੱਗਦਾ ਵੀ ਆਮ ਆਦਮੀ ਪਾਰਟੀ, ਕਾਂਗਰਸ, ਇੰਡੀਆ ਗੱਠਜੋੜ ਬਹੁਤ ਅੱਗੇ ਨਿਕਲ ਜਾਏਗਾ। ਹੁਣ ਇਹਨਾਂ ਨੇ ਨਵਾਂ ਫਾਰਮੂਲਾ ਹੈ ਕਿ ਲੀਡਰਸ ਨੂੰ ਅੰਦਰ ਕਰਨਾ ਸ਼ੁਰੂ ਕਰੋ। ਕੇਸ ਹੈ ਨਹੀਂ ਹੈ, ਕੋਈ ਲੀਡ ਹੈ ਨਹੀਂ ਹੈ, ਸਾਰਾ ਕੁਝ ਫਰਜ਼ੀ ਬਣਾ ਕੇ ED ਅਤੇ CBI ਦਾ ਮਿਸਯੂਜ਼ ਕਰਕੇ ਉਹਨਾਂ ਨੂੰ ਅੰਦਰ ਕਰਿਆ ਜਾ ਰਿਹਾ। ਔਰ ਮੈਂ ਸਮਝਦਾ ਕਿ ਅੱਜ ਜਿਹੜਾ ਤਰੀਕਾ ਹੈ, ਆਪਾਂ ਕਹਿ ਸਕਦੇ ਹਾਂ ਕਿ ਪੂਰੇ ਦੇਸ਼ ਦੇ ਅੰਦਰ ਲੋਕ ਡਿਫਰੈਂਟ ਡਿਫਰੈਂਟ ਜਗ੍ਹਾ 'ਤੇ ਬੈਠੇ, ਕਿਹਦੇ ਲਈ? ਦੇਸ਼ ਦੇ ਲਾਲ ਲਈ, ਅਰਵਿੰਦ ਕੇਜਰੀਵਾਲ ਲਈ। ਔਰ ਇੱਕ ਮੈਸੇਜ ਬੜਾ ਕਲੀਅਰ ਜਾਂਦਾ ਕਿ ਇਹਦਾ ਦਰਦ ਜਿਹੜਾ ਲੋਕਾਂ ਦੇ ਮਨ 'ਚ ਹੈ ਅਤੇ ਉਹ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਇਹਨੂੰ ਨਿਭਾਉਣ ਜਾ ਰਹੇ। ਅਤੇ ਬਿਲਕੁਲ ਲੱਕੀ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਅਲਾਇੰਸ ਦੇ ਚੱਲਦੇ ਲਗਾਤਾਰ ਪਿਛਲੇ ਦਿਨਾਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੋਈ, ਤੁਸੀਂ ਵੀ ਹੁਣੇ ਕਿਹਾ ਮੇਅਰ ਦੇ ਇਲੈਕਸ਼ਨ ਨੂੰ ਵੇਖਦੇ ਹੋਏ, ਹੁਣ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ, ਅੱਜ ਤੁਸੀਂ ਬੈਠੇ ਹੋ, ਕਿਸ ਤਰ੍ਹਾਂ ਵੇਖਦੇ? ਮੈਂ ਸਹਿਮਤ ਪੂਰੀ ਤਰ੍ਹਾਂ ਨਾਲ ਆਹਲੂਵਾਲੀਆ ਸਾਹਿਬ ਨਾਲ, ਠੀਕ ਕਹਿ ਰਹੇ ਨੇ ਜੋ ਵੀ ਕਹਿ ਰਹੇ ਨੇ। ਅੱਜ ਇੰਡੀਆ ਅਲਾਇੰਸ ਤੋਂ ਡਰ ਕੇ ਮੋਦੀ ਸਰਕਾਰ ਜਿਹੜੀ ਨਾਰਾ ਦੇ ਰਹੀ ਸੀ 400 ਇਸ ਵਾਰ 400 ਪਾਰ, ਅਸੀਂ ਕਹਿੰਦੇ ਹਾਂ ਇਸ ਵਾਰ 400 ਪੇ ਹਾਰ, ਕਿਉਂਕਿ ਉਹਨਾਂ ਨੂੰ ਹਾਰ ਨਜ਼ਰ ਆ ਰਹੀ ਹੈ। ਲੱਗ ਰਿਹਾ ਸਿਰਫ 143 ਸੀਟਾਂ 'ਤੇ ਸਿਮਟ ਕੇ ਰਹਿ ਜਾਏਗਾ ਜਿਹੜਾ ਇੰਡੀਆ ਅਲਾਇੰਸ ਹੈ। ਜਿਸ ਤਰੀਕੇ ਨਾਲ ਰਿਸਪੋਂਸ ਮਿਲ ਰਿਹਾ, ਭਰਵਾਂ ਹੁੰਗਾਰਾ ਮਿਲ ਰਿਹਾ ਇੰਡੀਆ ਅਲਾਇੰਸ ਨੂੰ, ਔਰ ਖਾਸ ਤੌਰ 'ਤੇ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਸਾਡੀ ਦੋਵੇਂ ਪਾਰਟੀਆਂ ਬੈਠੀਆਂ, ਕਿਵੇਂ ਅਸੀਂ ਮੇਅਰ ਦੇ ਇਲੈਕਸ਼ਨ 'ਚ ਇਹਨਾਂ ਨੂੰ ਪਟਕਣੀ ਦਿੱਤੀ, ਔਰ ਕਿਵੇਂ ਇਹਨਾਂ ਨੇ ਰੋਂਡੀ ਪਿੱਟ ਕੇ ਕੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਜਦ ਸੁਪਰੀਮ ਕੋਰਟ ਨੇ ਉੱਥੇ ਛਿੱਤਰ ਮਾਰੇ, ਫਿਰ ਅੱਜ ਕਹਿੰਦੇ ਆ ਜੀ ਇਹਨਾਂ ਦੇ ਮਸੀਹ ਸਾਹਿਬ ਕੇ ਮਾਫ਼ੀ ਮੰਗ ਲੈਂਦਾ ਜੀ। ਮਾਫ਼ੀ ਤਾਂ ਮੰਗ ਲਓਗੇ, ਜਿਹੜੇ ਉਸ ਦਿਨ 2 ਮਹੀਨੇ ਲੇਟ ਸਾਡਾ ਮੇਅਰ ਬਣਿਆ ਉਹਦਾ ਹਿਸਾਬ ਕੌਣ ਦੇਗਾ? ਜਿਹੜਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਹਾਰ ਗਏ ਉਹ ਦੁਬਾਰਾ ਕਿੱਦਾਂ ਜਿੱਤ ਪਾਣਗੇ? ਜਿਹੜੇ FNCC ਇਲੈਕਸ਼ਨ ਅਸੀਂ 2 ਮਹੀਨੇ ਲੇਟ ਹੋਏ ਉਹ ਚਲੋ ਅਸੀਂ ਜਿੱਤ ਗਏ, ਉਹਦਾ ਹਿਸਾਬ ਕੌਣ ਦੇਗਾ? ਜਿਹੜੀ ਚੰਡੀਗੜ੍ਹ ਦੇ ਜਨਤਾ ਨਾਲ ਚੀਟਿੰਗ ਹੋਈ, ਨਾ ਇਨਸਾਫ਼ੀ ਹੋਈ, ਉਹਦਾ ਹਿਸਾਬ ਕੌਣ ਦੇਗਾ? ਇਸ ਕਰਕੇ ਹੁਣ ਉਹ ਦਿਨ ਵਾਪਸ ਨਹੀਂ ਆਉਣੇ। ਇਹ ਤਾਂ ਸਿਰਫ ਇਹੀ ਇੱਕੋ ਸਾਨੂੰ ਸੇਵਿੰਗ ਗ੍ਰੇਸ ਹੋਏਗੀ, ਉਹ ਸੋਲਸ ਹੋਏਗੀ ਜਿਸ ਦਿਨ ਮੋਦੀ ਸਰਕਾਰ ਇਸ ਦੇਸ਼ ਤੋਂ ਜਿਸ ਦਿਨ ਛੁੱਟੀ ਹੋ ਜਾਏਗੀ ਔਰ ਇੰਡੀਆ ਬਲੌਕ ਦਾ ਇੱਥੇ ਰਾਜ ਆ ਜਾਏਗਾ, ਉਸ ਦਿਨ ਸਾਨੂੰ ਲੱਗੇਗਾ ਵੀ 7 ਦੀ ਪੂਰੀ ਤਰੀਕੇ ਨਾਲ ਜਿੱਤ ਹੋਈ। ਕਈ ਚੀਜ਼ਾਂ ਨੇ ਜਿੱਦਾਂ ਆਹਲੂਵਾਲੀਆ ਸਾਹਿਬ ਨੇ ਵੀ ਦੱਸਿਆ, ਚੰਡੀਗੜ੍ਹ ਦੇ ਮੇਅਰ ਵੀ ਸਾਡੇ ਨਾਲ ਨੇ। ਮੇਰੇ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਹੁਣ ਸਿਚੁਏਸ਼ਨ ਜਿਸ ਤਰ੍ਹਾਂ ਪੰਜਾਬ 'ਚ ਵੀ ਬੈਠੇ ਨੇ ਮੁੱਖ ਮੰਤਰੀ, ਤੁਹਾਡੇ ਕੈਬਨਿਟ ਮਿਨਿਸਟਰ ਵੀ ਬੈਠੇ ਨੇ, ਆ ਚੰਡੀਗੜ੍ਹ ਦੇ ਵਿੱਚ ਤੁਸੀਂ ਵੀ ਆਪਣੀ ਟੀਮ ਦੇ ਨਾਲ ਬੈਠੇ ਹੋ? ਦੇਖੀਏ, ਜੈਸੇ ਕਿ ਰਾਠੀ ਜੀ, ਇਹ ਜੋ ਉਪਵਾਸ ਰੱਖਿਆ ਗਿਆ ਹੈ, ਇਹ ਸਮੂਹਿਕ ਉਪਵਾਸ ਹੈ ਜੋ ਪੂਰੇ ਭਾਰਤ ਵਰਸ਼ ਮੇਂ ਰੱਖਿਆ ਜਾ ਰਿਹਾ ਹੈ। ਔਰ ਇਹ ਉਪਵਾਸ ਜੋ ਹੈ, ਇੱਕ ਤਾਨਾਸ਼ਾਹ ਰਾਜਾ ਕੇ ਖਿਲਾਫ ਹੈ, ਜੋ ਇੱਕ ਰਾਜਾ ਜੋ ਕਿ ਆਪਣੇ ਅੱਗੇ ਕਿਸੇ ਕੋ ਅਗਰ ਉਨਕੇ ਸਾਹਮਣੇ ਕੋਈ ਅਗਰ ਬੋਲਤਾ ਥਾ ਤੋ ਉਸੇ ਜੇਲੋਂ ਮੇਂ ਡਾਲ ਦਿਆ ਜਾਤਾ ਥਾ।
आप देखेंगे कि पुराने समय में मुगल राज्यों में या ईस्ट इंडिया कंपनी के टाइम में ऐसा हुआ करता था कि वो जो भी लोग उनके खिलाफ बोलते थे उन्हें अंदर डाल दिया जाता था। आज कहीं ना कहीं वो दौर दोबारा आ गया है और दोबारा एक इनकलाब की जरूरत है जो इन काले गोरों को जो बाहर करें और जो है सत्ता में जो है इंडिया एयरलाइंस का जो हमारा प्रधानमंत्री बने और तब जाके इन लोग गोरों को जो है जो काले गोरे हैं ये इनसे बाहर छुटकारा मिले। ठीक है, तो बिल्कुल जिस तरह चंडीगढ़ के मेयर, चंडीगढ़ के सह प्रभारी HS लक्की, चंडीगढ़ कांग्रेस के प्रेजिडेंट, उन्होंने वालों साफ तौर पर कहा जा रहा है कि जिस तरह तानाशाही हुई चंडीगढ़ के भी, जिस तरह पिछले दिन मेयर के इलेक्शन को लेकर भी हंगामा होया, सुप्रीम कोर्ट हाई कोर्ट गया, ये कई चीज़ा ने जिसन लैके काफ़ी चीज़ों का खुलासा भी किया गया। तो अज हालांकि पंजाब के मुख्यमंत्री पंजाब उपवास से बैठे हुए ने, दूजे पास चंडीगढ़ के सैक्टर 17 के प्लाजा के चंडीगढ़ के काउंसलर, चंडीगढ़ के सह प्रभारी, चंडीगढ़ कांग्रेस के प्रेजिडेंट इतने बैठे हुए हैं, तो केजरीवाल के हक के गवर्नमेंट, BJP गवर्नमेंट के खिलाफ काफ़ी चीज़ों लैके जी है वो गलबात करते नजर आए। चंडीगढ़ तो कैमरामैन सनमप्रीत सिंह, मनोज राठी, News18 पंजाब।